ਸੋ ਵਿਸ਼ੇਸ਼ ਤੌਰ ਤੇ ਜ਼ਿਕਰ ਇਹਨਾਂ ਦੀ ਜਿਹੜੀ ਜਾਣਕਾਰੀ ਗੱਲਬਾਤ ਕੀਤੀ ਜਾਏ ਜੀ ਜੀ ਚੌਹਾਨ ਸਾਹਿਬ ਮੇਰੀ ਬਾਤ ਸਾਡੇ ਤੱਕ ਪਹੁੰਚ ਰਹੀ ਸਵਾਗਤ ਹੈ ਜੀ ਤੇ ਦਿੱਲੀ ਨੂੰ ਚਾਲੇ ਪਾ ਦਿੱਤੇ ਨੇ ਕੀ ਕਹੋਗੇ ਕੀ ਕੁਝ ਖਾਸ ਅਪਡੇਟ ਦਿਓਗੇ ਜੀ ਮੀਡੀਆ ਦੇ ਮਾਧਿਅਮ ਦੇ ਰਾਹੀਂ ਦੇਖੋ ਅਸੀਂ ਸਾਡਾ ਪ੍ਰੋਗਰਾਮ ਹੈ ਕਿ ਅਸੀਂ 13 ਤਰੀਕ ਨੂੰ ਕੂਚ ਕਰਾਂਗੇ ਦਿੱਲੀ ਨੂੰ ਸਾਰੇ ਹੀ ਪੰਜਾਬ ਦੇ ਵਿੱਚੋਂ ਹਰਿਆਣੇ ਚੋਂ ਲੋਕਾਂ ਦੀਆਂ ਤਿਆਰੀਆਂ ਹੋ ਗਈਆਂ ਨੇ ਲੋਕ ਆਪਣੇ ਘਰਾਂ ਚੋਂ ਨਿਕਲ ਪਏ ਨੇ ਕਿਤੇ ਨਾ ਕਿਤੇ ਪੁਆਇੰਟ ਜਿੱਥੇ ਉਹਨਾਂ ਨੇ ਸਿਲੈਕਟ ਕੀਤੇ ਹਰੇਕ ਜ਼ਿਲ੍ਹੇ ਵਾਈਜ਼ ਉੱਥੇ ਉੱਥੇ ਮਤਲਬ ਟਰਾਲੀਆਂ ਦਾ ਇਕੱਠ ਹੋ ਰਿਹਾ ਹੈ ਉਹਦੀ ਸਾਡੀ ਪੂਰੀ ਤਿਆਰੀ ਹੈ ਤੇ ਇੱਥੋਂ ਵੀ ਗਾਹਾਂ ਕਰਨਾਟਕਾ ਕੇਰਲਾ ਤਾਮਿਲਨਾਡੂ ਤੋਂ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ਟਰਾਲੀਆਂ ਦਾ ਕਾਫਲਾ ਤੁਰਨ ਦੀ ਤਿਆਰੀ ਹੈ ਜਥੇਬੰਦੀਆਂ ਨੇ ਟੱਚ ਦੇ ਵਿੱਚ ਨੇ ਜੋ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਤੋਂ ਪਹਿਲਾਂ ਪਹੁੰਚਾਂਗੇ ਦਿੱਲੀ ਦੇਖੋ ਹਰਿਆਣੇ ਦੀਆਂ ਜਿੰਨੀਆਂ ਆਰਗੇਨਾਈਜੇਸ਼ਨ ਹੈ ਨਾ ਜੀ ਹਰਿਆਣਾ ਦੇ ਵਿੱਚ ਆਰਗੇਨਾਈਜੇਸ਼ਨਾਂ ਨਹੀਂ ਆ ਹਰਿਆਣੇ ਦੇ ਵਿੱਚ ਖਾਪ ਕਲਚਰ ਹੈ ਖਾਪ ਕਲਚਰ ਜਿੰਨੀਆਂ ਕੁ ਆਰਗੇਨਾਈਜੇਸ਼ਨਾਂ ਹੈਗੀਆਂ ਨੇ ਉਹ ਸਾਡੇ ਨਾਲ ਨੇ ਲੇਕਿਨ ਖਾਪਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਕਿੰਨੀਆਂ ਖਾਪ ਪੰਚਾਇਤਾਂ ਨੇ ਜਿਹੜਾ ਜਿਨ੍ਹਾਂ ਨੇ ਤੁਹਾਨੂੰ ਸਮਰਥਨ ਦਿੱਤਾ ਜੋ ਤੁਹਾਡੇ ਨਾਲ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਨਗੀਆਂ ਮੈਨੂੰ ਇਹ ਤੋਂ ਪਹਿਲਾਂ ਕੋਈ ਮਤਲਬ ਲਗਭਗ 10 ਤੋਂ 12 ਖਾਪਾਂ ਦੀ ਤਾਂ ਮੇਰੇ ਨਾਲ ਗੱਲ ਹੋ ਰਹੀ ਸਿੱਧੀ ਡਾਇਰੈਕਟ ਤੇ ਜਿਹੜੇ ਮਤਲਬ ਉੱਥੋਂ ਦੀਆਂ ਜਿਹੜੀਆਂ ਸਾਡੀਆਂ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਉਹਨਾਂ ਨਾਲ ਤਾਲਮੇਲ ਕਰਨੀ ਉਹ ਵੱਖਰੀਆਂ ਨੇ ਤੇ ਮੈਨੂੰ ਲੱਗਦਾ ਕਿ ਪੰਜਾਬ ਨਾਲੋਂ ਜ਼ਿਆਦਾ ਉਤਸ਼ਾਹ ਹਰਿਆਣੇ 'ਚ ਹੈ ਹਰਿਆਣਾ ਸਾਡੇ ਨਾਲੋਂ ਵੀ ਮਤਲਬ ਅੱਗੇ ਹੋ ਕੇ ਮਤਲਬ ਇਸ ਲੜਾਈ ਨੂੰ ਲੜਨ ਲਈ ਤਿਆਰ ਬੈਠਾ ਹੈ ਸੋ ਹਰਿਆਣੇ ਦੇ ਵਿੱਚੋਂ ਕੋਈ ਕਮਜ਼ੋਰੀ ਨਹੀਂ ਆ ਰਹੀ ਹਰਿਆਣੇ ਨੂੰ ਮਤਲਬ ਜਿੰਨਾ ਮਰਜ਼ੀ ਡੱਲਿਆਲ ਸਾਹਿਬ ਜਿੰਨੀਆਂ ਤਸਵੀਰਾਂ ਪੰਜਾਬ ਤੋਂ ਜਿਹੜੀਆਂ ਨੇ ਸਾਹਮਣੇ ਆ ਰਹੀ ਨੇ ਆਪਾਂ ਵੀ ਸਾਰੇ ਦੇਖ ਰਹੇ ਹਾਂ ਉਨੀਆਂ ਹਰਿਆਣੇ ਤੋਂ ਨਹੀਂ ਸਾਹਮਣੇ ਆਈਆਂ ਕੋਈ ਹਾਲਾਂਕਿ ਇੱਕਾ ਦੁੱਕਾ ਕੋਈ ਜਿਹੜੀ ਹੈ ਖਾਪ ਪੰਚਾਇਤ ਨੇ ਜ਼ਰੂਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਗੱਲਬਾਤ ਸਾਂਝੀ ਕੀਤੀ ਹੈ ਕਿ ਅਸੀਂ ਦਿੱਲੀ ਨੂੰ ਜਾਵਾਂਗੇ ਲੇਕਿਨ ਲੱਗਦਾ ਕਿ ਤੁਹਾਡੇ ਤੋਂ ਪਹਿਲਾਂ ਕੱਲ੍ਹ ਪੰਜਾਬ ਤੋਂ ਭਲਕੇ ਜਦੋਂ ਕਿਸਾਨ ਜਥੇਬੰਦੀਆਂ ਨਿਕਲਣ ਗਈਆਂ ਬਾਰਡਰਾਂ ਤੋਂ ਕ੍ਰੋਸ ਕਰਕੇ ਤਾਂ ਤੁਹਾਡੇ ਤੋਂ ਪਹਿਲਾਂ ਹਰਿਆਣੇ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਖਾਪ ਪੰਚਾਇਤਾਂ ਨੇ ਉਹ ਦਿੱਲੀ ਵੱਲ ਨੂੰ ਪਹਿਲਾਂ ਹੀ ਕੂਚ ਕਰਨਗੇ ਜਾਂ ਫਿਰ ਤੁਹਾਡੀ ਵੇਟ ਕੀਤੀ ਜਾਊ ਇਕੱਠੇ ਜਾਓਗੇ ਸਵਾਲ ਇਹ ਹੈ ਜਦੋਂ ਪੰਜਾਬ ਦੂਰ ਹੈ ਪੰਜਾਬ ਨੂੰ ਤਾਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਆਪਣੇ ਘਰਾਂ ਤੋਂ ਨਿਕਲਣਾ ਪੈਣਾ ਸੀਗਾ ਹਰਿਆਣਾ ਬਿਲਕੁਲ ਮਤਲਬ ਦਿੱਲੀ ਦੇ ਮੁੱਢ 'ਚ ਬੈਠਾ ਹੈ ਹਰਿਆਣੇ ਨੂੰ ਮਤਲਬ ਉਹਦੇ 'ਤੇ ਟਾਈਮ ਘੱਟ ਲੱਗਣਾ ਇਸ ਕਰਕੇ ਹਰਿਆਣਾ ਸਾਡੇ ਨਾਲੋਂ 2 ਦਿਨ ਲੇਟ ਹੀ ਘਰਾਂ ਤੋਂ ਨਿਕਲਣਾ ਹੈ ਔਰ ਉਹ ਨਿਕਲੇਗਾ ਤੁਸੀਂ ਦੇਖੋਗੇ ਹਰਿਆਣੇ ਨੇ ਇਹ ਵੀ ਤਾਂ ਜ਼ਿੰਮੇਵਾਰੀ ਚੱਕੀ ਹੋਈ ਹੈ ਨਾ ਕਿ ਅਗਰ ਕਿਤੇ ਬੈਰੀਕੇਟਿੰਗ ਦੇ ਉੱਤੇ ਸਰਕਾਰ ਬੈਰੀਕੇਟਿੰਗ ਕਰਦੀ ਹੈ ਤਾਂ ਜਿਹੜੇ ਜਿਹਦੇ 'ਚ ਉਹਨਾਂ ਦੀ ਆਵਾਜ਼ ਆ ਰਹੀ ਸੀ ਕਿ ਉਹਨਾਂ ਨੂੰ ਬੈਰੀਕੇਟਾਂ ਨੂੰ ਅਸੀਂ ਤੋੜਨਾ ਹਰਿਆਣੇ ਵਾਲੇ ਲੋਕਾਂ ਨੇ ਅਗਰ ਇਹ ਵੀ ਲੋਕਾਂ ਦੀ ਹੈ ਕਿ ਦਿੱਲੀ ਜਾਣ ਦੀ ਬਜਾਏ ਹੋ ਸਕਦਾ ਹਰਿਆਣਾ ਇੱਧਰ ਨੂੰ ਮੂਵ ਕਰ ਲੈ ਕਿ ਅਸੀਂ ਪਹਿਲਾਂ ਆਪਣੇ ਪੰਜਾਬ ਵਾਲਿਆਂ ਨੂੰ ਨਿਗਾ ਕੇ ਲਿਆਉਣਾ ਤੇ ਫਿਰ ਇਕੱਠੇ ਜਾਈਏ ਸੋ ਹਰਿਆਣੇ ਦੀ ਤਸਵੀਰ ਆ ਜਿਹੜੀ ਉਹ ਆਪਾਂ ਸਮਝਦੇ ਹਾਂ ਹੋਰ ਕਿਸਮ ਦੀ ਹੈ ਸੋ ਇਸ ਕਰਕੇ ਪੂਰੇ ਮੁਲਕ ਦੇ ਵਿੱਚੋਂ
200 ਆਰਗੇਨਾਈਜੇਸ਼ਨਾਂ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਨੇ ਪੂਰੇ ਦੇਸ਼ ਦੇ ਵਿੱਚੋਂ। ਔਰ ਬਹੁਤ ਵਧੀਆ, ਮਤਲਬ ਜਿਵੇਂ ਜਿਵੇਂ ਮੋਟੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਅੱਗੇ ਸਾਊਥ ਤੋਂ ਪਿਛਲੀ ਵਾਰੀ ਜਥੇਬੰਦੀਆਂ ਦੇ ਵਿੱਚ ਲੋਕ ਨਹੀਂ ਆਏ, ਅੱਜ ਰਾਤ ਦੇ ਮਤਲਬ ਸਾਊਥ ਦੇ ਚੱਲੇ ਹੋਏ ਲੋਕਾਂ ਨੂੰ ਰਾਤ ਭੋਪਾਲ ਰੇਲਵੇ ਸਟੇਸ਼ਨ ਦੇ ਉੱਤੇ ਗੱਡੀ ਚੋਂ ਲਾ ਕੇ ਡਿਟੇਨ ਕਰਨਾ ਪਿਆ ਸਰਕਾਰ ਨੂੰ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਲੋਕਾਂ ਨੂੰ ਡਿਟੇਨ ਕਰਨ ਤੱਕ ਜੇ ਸਰਕਾਰ ਦੀ ਨੌਬਤ ਆ ਗਈ ਹੈ ਤਾਂ ਲੋਕਾਂ ਦੇ ਅੰਦੋਲਨ ਨਜ਼ਰ ਆ ਰਿਹਾ ਸਰਕਾਰ ਨੂੰ। ਕਰਨਾਟਕਾ ਦੇ ਲੋਕ ਆ ਗਏ, ਬਿਹਾਰ ਦੇ ਲੋਕ ਆਈ ਜਾਂਦੇ ਨੇ, ਮੱਧ ਪ੍ਰਦੇਸ਼ ਕਿੰਨੀ ਦੂਰ ਬੈਠਾ, ਮੱਧ ਪ੍ਰਦੇਸ਼ ਦੇ ਲੋਕਾਂ ਨੇ ਮਤਲਬ ਮੂਵਮੈਂਟ ਦੇ ਵਿੱਚ ਆਏ ਔਰ 90 ਬੰਦੇ ਕੱਲ ਆਗੂ ਇਹਨਾਂ ਨੂੰ ਡਿਟੇਨ ਕਰਨੇ ਪਏ। ਸੋ ਇਸ ਕਰਕੇ ਮੂਵਮੈਂਟ ਪੂਰੇ ਦੇਸ਼ ਦੀ ਹੈ, ਕੱਲੇ ਮਤਲਬ ਪੰਜਾਬ ਦੀ ਨਹੀਂ ਹੈ, ਦੇਸ਼ ਦੀ ਜ਼ਰੂਰ ਹੈ। ਅੱਛਾ ਅੱਛਾ ਡੱਲਾ ਸਾਹਿਬ, ਅੱਜ ਮੀਟਿੰਗ ਵੀ ਰੱਖੀ ਗਈ ਹੈ ਚੰਡੀਗੜ੍ਹ ਦੇ ਵਿੱਚ, ਜਿਹੜੇ ਕੇਂਦਰੀ ਮੰਤਰੀ ਨੇ ਉਹ ਪਹਿਲਾਂ ਤੋਂ ਹੀ ਜਿਹੜੀ ਆ ਤੁਹਾਡੇ ਨਾਲ ਗੱਲਬਾਤ ਦਾ ਰਾਹ ਪੱਧਰਾ ਕਰਦੇ ਹੋਏ ਨਜ਼ਰ ਆ ਰਹੇ ਨੇ, ਤਾਂ ਕੀ ਲੱਗਦਾ ਅੱਜ ਦੀ ਜਿਹੜੀ ਮੀਟਿੰਗ ਆ ਉਹ ਸਾਰਥਕ ਤਰੀਕੇ ਨਾਲ ਚੱਲੇਗੀ? ਕਿਉਂਕਿ ਪਿਛਲੀ ਵਾਰੀ ਜਿਹੜੀਆਂ ਮੀਟਿੰਗਾਂ ਚੱਲੀਆਂ ਉਹ ਇੱਕ ਤੋਂ ਬਾਅਦ ਇੱਕ ਮੀਟਿੰਗ ਚੱਲੀ, ਲੇਕਿਨ ਗੱਲ ਕਿਸੇ ਤੜਪੱਤਨ ਨਹੀਂ ਲੱਗੀ। ਅੱਜ ਦੀ ਇਸ ਮੀਟਿੰਗ ਦੇ ਵਿੱਚ ਕੋਈ ਸਾਰਥਕ ਨਤੀਜਾ ਨਿਕਲ ਸਕਦਾ ਜਿਸ ਦੇ ਮੱਦੇਨਜ਼ਰ ਤੁਹਾਨੂੰ ਭਲਕੇ ਕੂਚ ਨਾ ਹੀ ਕਰਨਾ ਪਵੇ? ਦੇਖੋ, ਸਵਾਲ ਇਹ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਜੇਕਰ ਸਰਕਾਰ ਇਹ ਸਾਡੀਆਂ ਮੰਗਾਂ ਨਹੀਂ ਗੀਆਂ, ਇਹ ਜਿਹੜੇ ਮੰਗਾਂ ਦੀ ਗੱਲ ਕਰਦੇ ਆ ਨਾ, ਇਹ ਸਰਕਾਰ ਨੇ ਵੱਖ ਵੱਖ ਟਾਈਮ ਤੇ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਨੇ, ਤੇ ਜਿਹੜੀ ਕਮਿਟਮੈਂਟ ਹੁੰਦੀ ਹੈ ਉਹ ਪੂਰੀ ਕਰਨੀ ਹੁੰਦੀ ਹੈ। ਮੰਗ ਨੂੰ ਮੰਨਣਾ ਨਾ ਮੰਨਣਾ ਵੱਖਰੀ ਗੱਲ ਹੁੰਦੀ ਹੈ, ਕਮਿਟਮੈਂਟ ਹੁੰਦੀ ਹੈ ਉਹ ਪੂਰੀ ਕਰਨੀ ਹੁੰਦੀ ਹੈ। ਅਗਰ ਸਰਕਾਰ ਦੀ ਨੀਅਤ ਸਾਫ਼ ਹੋਵੇ, ਇਹਦਾ ਕਮਿਟਮੈਂਟ ਲੈ ਕੇ ਆ ਰਹੇ ਨੇ, ਉਹ ਅਸੀਂ ਪੂਰੀਆਂ ਕਰਨੀਆਂ ਹੈ, ਤਾਂ ਸਰਕਾਰ ਨੂੰ ਬੈਰੀਕੇਡਿੰਗ ਦੀ ਲੋੜ ਨਹੀਂ। ਫਿਰ ਤਾਂ ਸਰਕਾਰ ਕਹੇ ਵੀ ਅਸੀਂ ਤੁਸੀਂ ਆਓ ਜੀ ਆਇਆਂ ਨੂੰ ਤੁਹਾਡੀ ਗੱਲ ਨਾਲ ਬਹੁਤਾ ਇਕੱਠ ਕਰਨ ਦੀ ਲੋੜ ਨਹੀਂ ਹੈ, 10 ਬੰਦਿਆਂ ਦਾ ਵਫ਼ਦ ਆਓ, ਆਪਾਂ ਬਹਿ ਕੇ ਤੁਹਾਡਾ ਮਸਲਾ, ਤੁਹਾਡੀਆਂ ਮੰਗਾਂ ਹੱਲ ਕਰਦੇ ਹਾਂ, ਮਸਲਿਆਂ ਦਾ ਹੱਲ ਕਰ ਦਿੰਦੇ ਹਾਂ। ਉਹ ਅਗਰ ਸਰਕਾਰ ਦੀ ਨੀਅਤ ਖਰਾਬ ਹੈ, ਹਜੇ ਉਹ ਸਾਡੇ ਨਾਲ ਕੀਤੀਆਂ ਕਮਿਟਮੈਂਟਸ ਤੋਂ ਵੀ ਪਿੱਛੇ ਆ ਜਾਂਦੀ ਹੈ, ਤਾਂ ਹੀ ਐਡੀ ਵੱਡੀ ਬੈਰੀਕੇਡਿੰਗ ਹੋ ਰਹੀ ਹੈ। ਸਵਾਗਤ ਹੈ ਜੀ। ਤੇ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਸਰਕਾਰ ਦੀ ਨੀਅਤ ਆ ਉਹ ਸਾਫ਼ ਨਹੀਂ ਹੈ, ਕਿਉਂਕਿ ਜਿਹੜੀਆਂ ਮੰਗਾਂ ਸੀ ਉਹ ਮੰਗਾਂ ਦੀ ਨਹੀਂ, ਉਹ ਕਮਿਟਮੈਂਟਸ ਨੇ ਜੋ ਪਹਿਲਾਂ ਮੁਲਤਵੀ ਕੀਤਾ ਗਿਆ ਧਰਨਾ ਜਦੋਂ ਦਿੱਲੀ ਤੋਂ ਅਸੀਂ ਵਾਪਸ ਮੁੜੇ ਸੀ। ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਇੱਕ ਤਾਂ ਜਿਹੜੀ MSP ਦੀ ਗੱਲ ਹੈਗੀ ਆ, ਮੈਂ ਡੱਲੇਵਾਲ ਸਾਹਿਬ ਨੂੰ ਇੱਕ ਪ੍ਰਾਰਥਨਾ ਕਰਦਾ, ਰਿਕੁਐਸਟ ਕਰਦਾ ਕਿ ਹਰਿਆਣਾ ਸਰਕਾਰ ਨੇ ਵੀ 23 ਫਸਲਾਂ ਤੇ ਸਬਜ਼ੀਆਂ ਵਗੈਰਾ ਦਿੱਤੀ ਹੈ, ਕੇਰਲਾ ਗੌਰਮੈਂਟ ਨੂੰ ਦਿੱਤੀ ਹੈ, ਔਰ ਇਸੇ ਤਰ੍ਹਾਂ ਸਟੇਟ ਗੌਰਮੈਂਟ ਜਿਹੜੀ ਹੈ ਪੰਜਾਬ ਦੀ ਇਹਨੂੰ ਵੀ ਕਹਿਣ। ਇਹ ਨਾ ਉਹ ਇਕੱਲੇ ਹੀ ਕੇਂਦਰ ਦੇ ਪਿੱਛੇ ਪੈ ਰਹੋ, ਕੇਂਦਰ ਕਰੇਗਾ ਇਹ ਹੋਣਾ ਵੀ ਚਾਹੀਦਾ, ਤਾਂ ਹੀ ਬਦਲਵੀਆਂ ਫਸਲਾਂ ਬੀਜਣਗੇ, ਤਦ ਹੀ ਜਦੋਂ ਖਰੀਦ ਦੀ ਗਰੰਟੀ ਹੋਏਗੀ ਕਿਸਾਨ ਦੀ, ਤੇ ਤਦ ਹੀ ਇਹ ਸਾਡਾ ਪਾਣੀ ਬਚੇਗਾ, ਤਦ ਹੀ ਸਾਡੀ ਜ਼ਮੀਨ ਬਚੇਗੀ, ਤੇ ਨਹੀਂ ਤਾਂ ਸਾਡਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ। ਇਹ ਠੀਕ ਗੱਲ ਆ, ਇਹ ਮੰਗਾਂ ਜਿਹੜੀਆਂ ਜਾਇਜ਼ ਨੇ ਉਹ ਜ਼ਰੂਰ ਮੰਨੀਆਂ ਜਾਣੀਆਂ ਚਾਹੀਦੀਆਂ, ਉਹਦੇ ਲਈ ਇੰਨਾ ਸੰਘਰਸ਼ ਕਰਨ ਦੀ ਵੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਤੇ ਇਹ ਮੈਂ BJP ਦੀ ਵੀ ਸੋਚ ਇਹੀ ਆ, ਕੋਈ ਇਹਦੇ ਅਸੀਂ ਕੋਈ ਇਹ ਥੋੜ੍ਹਾ ਕਿ ਜੇ ਸਾਨੂੰ ਕਿਸਾਨ ਵੋਟ ਨਾ ਕਰਦਾ ਹੋਵੇ ਤਾਂ ਦੇਸ਼ 'ਚ ਸਾਡੀਆਂ ਸਰਕਾਰਾਂ ਕਿੱਦਾਂ ਬਣ ਜਾਣ, ਠੀਕ ਹੈ ਨਾ। ਇਸ ਕਰਕੇ ਕਿਸਾਨ ਦੇ ਵਿਰੋਧ 'ਚ ਨਹੀਂ ਹੈਗੇ, ਕਿਸਾਨ ਠੀਕ ਨਹੀਂ ਹੋਏਗਾ, ਕਿਸਾਨ ਪੈਦਾਵਾਰ ਨਹੀਂ ਕਰੇਗਾ ਤਾਂ 80 ਕਰੋੜ ਲੋਕਾਂ ਨੂੰ ਜਿਹੜਾ ਫ੍ਰੀ ਰਾਸ਼ਨ ਦੇ ਰਹੀ ਆ ਭਾਰਤ ਸਰਕਾਰ, ਉਹ ਕਿੱਦਾਂ ਕਿੱਥੋਂ ਦੇ ਦੇਣਗੇ, ਉਹ ਕਿੱਥੋਂ ਆਏਗਾ। ਇਸ ਲਈ ਮੈਂ ਜਦੋਂ ਦਿੱਲੀ ਤੋਂ ਅੰਦੋਲਨ ਜਿਹੜਾ ਮੁਲਤਵੀ ਹੋਇਆ ਉਸ ਮੌਕੇ 'ਤੇ ਕੇਂਦਰ ਦੀ ਹਕੂਮਤ ਨੇ ਕਮਿਟਮੈਂਟਸ ਕੀਤੀਆਂ ਕਿਸਾਨਾਂ ਦੇ ਨਾਲ,
ਤਾਂ ਹੁਣ ਤੱਕ ਉਹਨਾਂ ਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ, ਅਮਲੀਜਾਮਾ ਕਿਉਂ ਨਹੀਂ ਪਹਿਨਾਇਆ ਗਿਆ? ਕਾਰਨ ਹੁਣ ਇੱਕ ਧਰਨਾ ਪ੍ਰਦਰਸ਼ਨ ਹੀ ਰਹਿ ਗਿਆ? ਨਹੀਂ ਨਹੀਂ, ਆਪਸ 'ਚ ਤਾਲਮੇਲ ਦੀ ਕਿਤੇ ਜ਼ਰੂਰ ਕਮੀ ਆ, ਕਿਤੇ ਇੱਕ ਦੂਜੇ 'ਤੇ ਵਿਸ਼ਵਾਸ ਦੀ ਕਮੀ ਆ, ਇਹ ਜ਼ਰੂਰ ਦੂਰ ਹੋਣੀ ਚਾਹੀਦੀ। ਜਿੱਦਾਂ ਹੁਣ ਬੈਠ ਕੇ ਗੱਲਬਾਤ ਹੋ ਰਹੀ ਆ, ਤਿੰਨ ਤਿੰਨ ਮਿਨਿਸਟਰ ਸੈਂਟਰ ਤੋਂ ਵੀ ਆ ਰਹੇ ਨੇ, ਔਰ ਆ ਭਗਵੰਤ ਮਾਨ ਜੀ ਨੂੰ ਮੈਂ ਇੱਕ ਇਹਨਾਂ ਨੂੰ ਵੀ ਪ੍ਰਾਰਥਨਾ ਕਰਦਾ ਕਿ ਖਾਲੀ ਭਾਸ਼ਣ ਨਾ ਦਿਓ, ਜਿਸ ਤਰ੍ਹਾਂ ਦੇ ਰਹੇ ਸੀ ਇਹ ਹਿੰਦੁਸਤਾਨ ਦਾ ਬਾਰਡਰ ਬਣ ਗਿਆ, ਪਾਕਿਸਤਾਨ ਦਾ ਬਣ ਗਿਆ, ਇਹ ਨਹੀਂ ਗੱਲਾਂ ਹੈ। ਤੁਸੀਂ ਚੀਫ ਮਿਨਿਸਟਰ ਹੋ, ਵਿੱਚ ਬੈਠੋ, ਸਾਡੀ ਸਟੇਟ ਦੇ ਲੋਕ ਜ਼ਿਆਦਾ ਇਨਵੋਲਵ ਨੇ, ਸਾਡਾ ਐਗਰੇਰੀਅਨ ਬੇਸਡ ਇਕੋਨਮੀ ਆ ਪੰਜਾਬ ਦੀ, ਤੇ ਇਸ ਕਰਕੇ ਸਾਨੂੰ ਉਹਦੇ 'ਚ ਜ਼ਿਆਦਾ ਇੰਟਰਸਟ ਲੈਣਾ ਚਾਹੀਦਾ ਸਾਡੇ ਮੁੱਖ ਮੰਤਰੀ ਨੂੰ ਬੈਠ ਕੇ। ਅੱਛਾ ਠੀਕ ਹੈ, ਗਰੇਵਾਲ ਸਾਹਿਬ ਤੁਸੀਂ ਬਣੇ ਰਹੋ ਸਾਡੇ ਨਾਲ, ਨਾ ਜਗਜੀਤ ਸਿੰਘ ਡੱਲੇਵਾਲ ਸਾਹਿਬ ਵੀ ਕਿਸਾਨਾਂ ਕੋਲ ਵੀ ਜੁੜੇ ਹੋਏ ਨੇ, ਤੁਸੀਂ ਵੀ ਉਹਨਾਂ ਨੇ ਪਹਿਲਾਂ ਜਵਾਬ ਹੀ ਦਿੱਤਾ। ਡੱਲੇਵਾਲ ਸਾਹਿਬ, ਅਗਰ ਤੁਸੀਂ ਮੀਟਿੰਗ ਤੋਂ ਪਹਿਲਾਂ ਕੋਈ ਗੱਲਬਾਤ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਹਰਜੀਤ ਗਰੇਵਾਲ ਵੀ ਜੁੜੇ ਹੋਏ ਨੇ, ਉਹਨਾਂ ਦੇ ਜ਼ਰੀਏ ਤੁਸੀਂ ਪਹੁੰਚਾ ਸਕਦੇ ਹੋ, ਕੋਈ ਸਵਾਲ ਕਰਨਾ ਕਰ ਸਕਦੇ ਹੋ ਤੁਸੀਂ? ਦੇਖੋ, ਸਾਡੇ ਪੰਜਾਬ ਦੇ ਆਗੂ ਨੇ ਇਹ ਬੀਜੇਪੀ ਦੇ, ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਦੇਖੋ ਸਾਡੇ ਨਾਲ ਇਹ ਸਰਕਾਰ ਦੀਆਂ ਕਮਿਟਮੈਂਟਸ ਨੇ, ਸਰਕਾਰ ਦੇ ਉੱਤੇ ਤੁਸੀਂ ਪੰਜਾਬ ਵੱਲੋਂ ਪ੍ਰੈਸ਼ਰਾਈਜ਼ ਕਰੋ ਸਰਕਾਰ ਨੂੰ ਕਿ ਜਿਹੜੀਆਂ ਨਵੀਆਂ ਮੰਗਾਂ ਹੁੰਦੀਆਂ ਨਾ, ਉਹ ਉੱਠ ਕੇ ਉੱਭਰ ਕੇ ਨਵੀਆਂ ਆਉਣ, ਉਹ ਸਰਕਾਰ ਮੰਨੇ ਨਾ ਮੰਨੇ ਉਹ ਗੱਲ ਬਾਅਦ ਦੀ ਹੁੰਦੀ ਹੈ, ਕਿ ਅਜੇ ਮੰਨਣ ਯੋਗ ਨਹੀਂ। ਜਿਹੜਾ ਜਿਹੜੀ ਐਮ ਐਸ ਪੀ ਦੀ ਗਰੰਟੀ ਦੇ ਕਾਨੂੰਨ ਦੀ ਆ ਨਾ ਜੀ, ਮੈਂ ਗੱਲ ਗਰੇਵਾਲ ਸਾਹਿਬ ਦੇ ਸ਼ਾਇਦ ਧਿਆਨ 'ਚ ਨਾ ਹੋਵੇ, ਮੈਂ ਇਹਦੇ ਧਿਆਨ 'ਚ ਲਿਆ ਦਿੰਦਾ ਇਹਨਾਂ ਦੇ, ਸਰਕਾਰ ਨੇ ਨਾ ਜਿਸ ਵੇਲੇ ਮੋਦੀ ਜੀ 2011 'ਚ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਸੀ ਤੇ ਨਾਲ ਉਸ ਵੇਲੇ ਕੰਜ਼ੂਮਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਸੀਗੇ, ਇਹਨਾਂ ਦੀ ਕਮੇਟੀ ਦੀ ਇੱਕ ਰਿਪੋਰਟ ਪਈ ਆ ਜਿਹਦੇ 'ਚ ਇਹਨਾਂ ਨੇ ਮੰਗ ਕੀਤੀ ਹੈ ਕਿ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਓ। ਮੈਂ ਕਹਿੰਦਾ ਕੋਈ ਦਿੱਕਤ ਹੀ ਨਹੀਂ ਜੀ, ਆਪਦੀ ਕਮੇਟੀ ਦੀ ਰਿਪੋਰਟ ਹੀ ਮਤਲਬ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਲਾਗੂ ਕਰ ਦੇਣ, ਮਸਲਾ ਮਤਲਬ ਹੱਲ ਹੋ ਜਾਣਾ। ਅਗਲੀ ਗੱਲ ਇਹਨਾਂ ਦੇ ਧਿਆਨ 'ਚ ਹੋਰ ਲਵਾ ਲਿਆ ਦਿੰਦਾ, ਜਬਲਪੁਰ ਹਾਈ ਕੋਰਟ ਨੇ ਕਿਹਾ ਹੈ ਕਿ ਐਮ ਐਸ ਪੀ ਤੋਂ ਥੱਲੇ ਕੋਈ ਵੀ ਇੱਕ ਦਾਣਾ ਵੀ ਕਿਸੇ ਕਿਸਾਨ ਦਾ ਬੋਲੀ ਨਹੀਂ ਕੋਈ ਲਾ ਸਕਦਾ, ਉਹਦੇ 'ਤੇ ਥੋੜ੍ਹਾ ਜਿਹਾ ਪਹਿਰਾ ਦੇ ਕੇ ਉਹਨੂੰ ਇੰਪਲੀਮੈਂਟ ਕਰਵਾ ਦੇਣ, ਉਹਨੂੰ ਉਦੋਂ ਉਹਨੂੰ ਇੱਕ ਕਾਨੂੰਨ ਬਣਾ ਲੈਣ, ਬਣ ਸਕਦੇ ਨੇ। ਦੂਜੀ ਗੱਲ ਇਹ ਹੈ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਕਮਿਟਮੈਂਟ ਸਰਕਾਰ ਨੇ ਸਾਡੇ ਨਾਲ 2018 'ਚ ਬੈਠ ਕੇ ਕੀਤੀ ਹੋਈ ਹੈ, ਔਰ ਉਹਦੇ ਲਿਖਤ ਚਿੱਠੀ ਪਈ ਹੈ ਸਾਡੇ ਕੋਲ ਕਿ ਅਸੀਂ ਇਹਨੂੰ ਵਿਦਇਨ 3 ਮੰਥ ਲਾਗੂ ਕਰ ਦਿਆਂਗੇ। ਲੇਕਿਨ ਦੇਖੋ ਸਮਾਂ ਠੀਕ ਹੈ ਹਰਜੀਤ ਸਿੰਘ ਦੀ ਗੱਲ, ਪਰ ਮੈਂ ਇਹ ਬੇਨਤੀ ਕਰਦਾ ਵੀ ਸਮਾਂ ਕਿੰਨਾ, 10 ਸਾਲ ਦਾ ਸਮਾਂ ਮਿਲ ਗਿਆ ਸਰਕਾਰ ਨੂੰ, 10 ਸਾਲ ਦੇ ਵਿੱਚ ਲਾਗੂ ਹੋ ਜਾਣੀਆਂ ਚਾਹੀਦੀਆਂ ਸੀ। ਚਲੋ ਨਹੀਂ ਹੋਈਆਂ, ਹੁਣ ਸਾਡੇ ਕੋਲ 2-3-4 ਦਿਨਾਂ ਦੇ ਵਿੱਚ ਇਹਨਾਂ ਦੇ ਉੱਤੇ ਆਰਡੀਨੈਂਸ ਕਰਵਾ ਦਿਓ, ਇਹਨਾਂ ਦੇ ਉੱਤੇ ਨੋਟੀਫਿਕੇਸ਼ਨ ਕਰਵਾ ਦਿਓ, ਤਾਂ ਕਿ ਕਿਸਾਨਾਂ ਦੀ ਕਰਜ਼ ਮੁਕਤੀ ਆ ਜਿਹੜੀ ਇੱਡੀ ਇੱਕ ਅਹਿਮ ਮੰਗ ਹੈ, ਔਰ ਉਹ ਸਰਕਾਰ ਨੇ ਆਪਦੇ ਮੂੰਹੋਂ ਕਹੀ ਹੋਈ ਹੈ ਵੀ ਕਿਸਾਨਾਂ ਦਾ ਕਰਜ਼ ਮਾਫ਼ ਕਰਾਂਗੇ ਅਸੀਂ, ਇਹਦੇ 'ਤੇ ਸਰਕਾਰ ਧਿਆਨ ਦੇ ਲਵੇ। ਸੋ ਇਹ ਚੰਗੀ ਗੱਲ ਹੈ ਸਾਡੇ ਨਾਲ ਹਰਜੀਤ ਸਿੰਘ ਜੀ ਬੈਠੇ ਨੇ, ਜਵਾਬ ਲੈ ਲੈਂਦੇ ਆਪਾਂ। ਡੱਲੇਵਾਲ ਸਾਹਿਬ, ਗਰੇਵਾਲ ਸਾਹਿਬ, ਇਹ ਅਹਿਮ ਮੰਗਾਂ ਨੇ ਜਿਹੜੀਆਂ, ਅਹਿਮ ਕਮਿਟਮੈਂਟਸ ਨੇ, ਉਹਨਾਂ ਬਾਬਤ ਤੁਸੀਂ ਸਰਕਾਰ ਦੇ ਨਾਲ ਅਗਰ ਵਿੱਚ ਪੈ ਕੇ ਗੱਲ ਕਰਵਾ ਸਕਦੇ ਹੋ ਤਾਂ ਚੰਗੀ ਗੱਲ ਰਹੇਗੀ। ਬਿਲਕੁਲ, ਸਾਡੇ ਜਿਹੜੇ ਪ੍ਰਧਾਨ ਨੇ ਨਾ ਸੁਨੀਲ ਜਾਖੜ ਜੀ, ਉਹ ਵੀ ਇੱਕ ਕਿਸਾਨ ਪਰਿਵਾਰ ਦੇ ਹੀ ਆ, ਔਰ ਸਾਡੀ ਸਾਰਿਆਂ ਦੀ ਮੱਤ ਆ, ਆਪਸ 'ਚ ਗੱਲ ਵੀ ਹੋਈ ਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਕਿਸਾਨਾਂ ਨੂੰ ਇਹ ਇੰਨਾ ਅੰਦੋਲਨ ਕਰਨ ਦੀ ਵੀ ਜ਼ਰੂਰਤ ਨਹੀਂ ਪੈਣੀ ਚਾਹੀਦੀ, ਆਪਸੀ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ, ਕਿਉਂਕਿ ਸਮੇਂ ਸਮੇਂ 'ਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਆਉਂਦੀਆਂ ਹੈਗੀਆਂ ਨੇ। ਐਸੀ ਗੱਲ ਨਹੀਂ ਕਿ ਇੱਕ ਵਾਰ ਅੰਦੋਲਨ ਕੀਤਾ, ਇੱਕ ਵਾਰ ਗੱਲ ਹੋ ਗਈ, ਖਤਮ ਹੋ ਜਾਣਗੀਆਂ, ਡੱਲੇਵਾਲ ਜੀ ਮੇਰੀ ਗੱਲ ਨਾਲ ਸਹਿਮਤ ਹੋਣਗੇ, ਇਹ ਵਾਰ ਵਾਰ ਉੱਠਦੀਆਂ ਰਹਿੰਦੀਆਂ ਨੇ, ਕਿਉਂਕਿ ਇਹਦੀ ਮੌਸਮ ਦੀ ਮਾਰ ਵੀ ਪੈਂਦੀ ਹੈ ਕਿਸਾਨਾਂ ਨੂੰ, ਔਰ ਫਸਲਾਂ ਦੇ ਉੱਪਰ ਅੱਜ ਕੱਲ੍ਹ ਤਾਂ ਸੁੰਡੀ ਕੋਈ ਪੈ ਗਈ, ਕੋਈ ਹੋਰ ਪੈ ਗਈ, ਇਸ ਤਰ੍ਹਾਂ ਦੀ ਮਾਰ ਬਹੁਤ ਪੈਂਦੀ ਰਹਿੰਦੀ ਹੈ, ਤੇ ਉਹ ਪੈਦਾ ਨਹੀਂ ਹੁੰਦੀ, ਤੇ ਉਸ ਨੂੰ ਸਾਰਾ ਦੇਖਣਾ ਪੈਂਦਾ।
ਉੱਥੇ ਗੱਲ ਕਰਦੇ ਰਹੇ ਹੈ। ਔਰ ਮੈਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾ ਦਿਆਂ ਕਿ ਮੋਦੀ ਇੱਕ ਕਿਸਾਨ ਹੈ, ਕੋਈ ਐਸੀ ਗੱਲ ਨਹੀਂ। ਕਿਸਾਨ ਖਿਲਾਫ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ ਜਿਹੜਾ ਹੈਗਾ ਕੰਮ ਹੀ ਨਹੀਂ ਕਰ ਸਕਦਾ, ਕਿਉਂਕਿ ਜੇ ਸਾਡੀ ਇਕੋਨਮੀ ਜਿਹੜੀ ਹੈ ਐਗਰੇਰੀਅਨ ਬੇਸਡ ਹੈ ਤੇ ਲੋਕ ਬੇਰੁਜ਼ਗਾਰ ਬਹੁਤ ਹੋ ਜਾਣਗੇ ਜੇ ਕਿਸਾਨੀ ਤੇ ਮਾਰ ਪੈਂਦੀ ਰਹੂਗੀ। ਇਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ ਨੇ। ਆਪਸ ਚ ਗੱਲਬਾਤ ਕਰਕੇ ਅੱਜ ਗੱਲ ਨਹੀਂ, ਫਿਰ ਹੁਣ ਅੱਜ ਦੀ ਆਪਾਂ ਮੀਟਿੰਗ ਦੀ ਆਪਾਂ ਅਗਰਵਾਲ ਸਾਹਿਬ ਗੱਲ ਕਰ ਲਈਏ, ਅੱਜ ਦੀ ਮੀਟਿੰਗ ਦੇ ਵਿੱਚ ਜੋ ਗੱਲਾਂ ਬਾਤਾਂ ਵਿਚਾਰੀਆਂ ਜਾਣੀਆਂ ਨੇ, ਉਹਨਾਂ ਦੀਆਂ ਅਹਿਮ ਜਿਹੜੀਆਂ ਮੰਗਾਂ ਨੇ ਉਹ ਡੱਲੇਵਾਲ ਸਾਹਿਬ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਤੁਸੀਂ ਪਹਿਲਾਂ ਹੀ ਜਿਹੜੇ ਸੈਂਟਰ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲਿਓ ਕਿ ਪ੍ਰਪੇਅਰ ਹੋ ਕੇ ਆਉਣ, ਉਹ ਇਹ ਜਿਹੜੀਆਂ ਮੰਗਾਂ ਨੇ ਕਮਿਟਮੈਂਟਸ ਨੇ ਉਹਨਾਂ ਦੀਆਂ ਉਹ ਪੂਰਨ ਤਰੀਕੇ ਦੇ ਨਾਲ ਰਹਿਣਗੀਆਂ, ਤਾਂ ਹੁਣ ਤੁਸੀਂ ਇਸ ਮੁਤਲਕ ਕੋਈ ਅਗਲਾ ਇਨੀਸ਼ੀਏਟਿਵ ਕੋਈ ਲਓਗੇ ਸਰਕਾਰ ਦੇ ਵਜ਼ੀਰ ਦੇ ਨਾਲ ਗੱਲਬਾਤ ਕਰੋ ਜਾਂ ਹੋਰ ਕੋਈ ਤੁਹਾਡੇ ਵੱਲੋਂ ਵਿੱਚ ਪੈ ਕੇ ਗੱਲਬਾਤ ਨੂੰ ਸੁਲਝਾਉਣ ਦੀ ਕੋਸ਼ਿਸ਼? ਦੇਖੋ, ਡੱਲੇਵਾਲ ਸਾਹਿਬ ਨੂੰ ਵੀ ਇਹ ਪਤਾ ਕਿ ਜਿਹੜੀ ਪਿਛਲੀ ਵਾਰ ਇਹਨਾਂ ਦੀ ਗੱਲ ਹੋਈ ਹੈ ਬੜੇ ਅੱਛੇ ਮਾਹੌਲ 'ਚ ਹੋਈ ਹੈ, ਬੜੇ ਪ੍ਰੇਮ ਨਾਲ ਹੋਈ ਹੈ ਸਾਰਿਆਂ ਦੀ, ਸਰਕਾਰ ਦੀ ਵੀ ਔਰ ਕਿਸਾਨ ਆਗੂਆਂ ਦੀ ਵੀ। ਅਤੇ ਹੁਣ ਵੀ ਅੱਜ ਵੀ ਮੈਂ ਸਮਝਦਾ ਕਿਸੇ ਸਿੱਟੇ 'ਤੇ ਪਹੁੰਚੇ ਔਰ ਦਿੱਲੀ ਜਾਣ ਦੀ ਲੋੜ ਨਾ ਪਵੇ ਔਰ ਇੰਨਾ ਖਰਾਬ ਹੁੰਦਾ, ਇੰਨਾ ਟਾਈਮ ਖਰਾਬ ਹੁੰਦਾ, ਕਿਸਾਨ ਮੇਲ ਦਾ ਕੰਮ ਕਰਨਾ ਹੁੰਦਾ ਉਹ ਵੀ ਛੱਡ ਕੇ ਜਾਂਦੇ ਆ, ਇਹ ਨਹੀਂ ਹੋਣਾ ਚਾਹੀਦਾ। ਤੇ ਇਸ 'ਚ ਪੰਜਾਬ ਦਾ ਵੀ ਨੁਕਸਾਨ ਹੁੰਦਾ, ਜਿਹੜਾ ਹੁਣ ਲੋਕਾਂ ਨੇ ਜਾਣਾ ਆਉਣਾ ਉਹੀ ਵਿਚਾਰੇ ਕਿੱਧਰ ਦੀ ਜਾਣਗੇ, ਕਿੱਥੋਂ ਜਾਣਗੇ। ਕੋਈ ਕਿਸਾਨ ਵੀ ਤਾਂ ਆਖਿਰ ਪਬਲਿਕ ਦੇ ਵਿੱਚੋਂ ਹੀ ਨੇ, ਕੋਈ ਬਾਹਰੋਂ ਥੋੜ੍ਹਾ ਨੇ। ਤੇ ਇਸ ਲਈ ਇਹ ਵੀ ਨਹੀਂ ਚਾਹੁੰਗੇ ਕਿ ਇਸ ਤਰ੍ਹਾਂ ਦੀ ਗੱਲ ਹੋਵੇ। ਮੈਂ ਡੱਲੇਵਾਲ ਸਾਹਿਬ ਨੂੰ ਇਹੀ ਬੇਨਤੀ ਕਰਦਾ ਜਿਹੜੀਆਂ ਮੰਗਾਂ ਪੂਰੀਆਂ। ਉਸਦੇ ਬਾਵਜੂਦ ਵੀ ਦੇਖੋ ਅਗਰਵਾਲ ਸਾਹਿਬ, ਠੀਕ ਹੈ, ਸੁਰੱਖਿਆ ਦੇ ਲਿਹਾਜ਼ ਦੇ ਨਾਲ ਹਰਿਆਣਾ ਗਵਰਨਮੈਂਟ ਨੇ ਜਿਹੜੇ ਨੇ ਪੁਖਤਾ ਇੰਤਜ਼ਾਮ ਕੀਤੇ ਨੇ, ਲੇਕਿਨ ਇੰਨੇ ਲੇਅਰਾਂ ਦੇ ਵਿੱਚ ਬੈਰੀਕੇਡ ਕਰਨਾ, ਅਤੇ ਬੀਤੇ ਦਿਨੀ ਚੀਫ ਮਿਨਿਸਟਰ ਮਾਨ ਨੇ ਵੀ ਸਟੇਟਮੈਂਟ ਦਿੱਤੀ ਹੈ, ਇਹ ਕੋਈ ਇਹ ਦੂਸਰਾ ਮੁਲਕ ਤਾਂ ਹੈ ਨਹੀਂ, ਹੈ ਇੱਕੋ ਮੁਲਕ ਦੇ ਜਿਹੜੇ ਨੇ ਸੂਬੇ ਨੇ, ਤਾਂ ਉਸਦੇ ਦਰਮਿਆਨ ਇੰਨੀ ਤਕੜੇ ਤਰੀਕੇ ਨਾਲ ਬੈਰੀਕੇਡਿੰਗ ਕਰਨੀ, ਆਖਿਰ ਇੰਨੀ ਲੋੜ ਕਿਉਂ ਪੈ ਗਈ? ਉਹ ਭਰਾ ਜੀ, ਅਸੀਂ ਕੜਵਾਹਟ ਨਹੀਂ ਵਧਾਉਣੀ, ਅਸੀਂ ਇਸ ਨੂੰ ਘੱਟ ਕਰਨਾ। ਅਸੀਂ ਕੋਈ ਕਿਸਾਨ ਪਰਿਵਾਰਾਂ 'ਚ ਨਹੀਂ ਹਾਂ, ਕੋਈ ਬਾਹਰੋਂ ਨਹੀਂ ਆਏ ਹੋਏ, ਅਤੇ ਇਸ ਕਰਕੇ ਗੱਲ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਘੱਟ ਕਰੀਏ। ਜਿਹੜੀਆਂ ਗੱਲਾਂ ਅਸੀਂ ਕਹਿੰਦੇ ਹਾਂ ਤੇ ਅਸੀਂ ਜੋ ਬੋਲ ਰਹੇ ਹਾਂ ਸਾਡੀ ਪਾਰਟੀ ਦੀ ਇਹ ਸੋਚ ਆ, ਉਹੀ ਬੋਲ ਰਹੇ ਹਾਂ। ਪਾਰਟੀ ਤੋਂ ਬਾਹਰ ਜਾ ਕੇ ਕੁਛ ਨਹੀਂ ਬੋਲ ਸਕਦਾ, ਤੁਹਾਨੂੰ ਹੋਰ ਦੱਸਾਂ, ਜੇ ਇਹ ਹੋਵੇ ਤਾਂ ਅਸੀਂ ਉਹੀ ਬੋਲ ਰਹੇ ਹਾਂ ਜੋ ਸਾਡੀ ਸੋਚ ਆ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪੰਜਾਬ ਦਾ ਮਾਹੌਲ ਠੀਕ ਰਹੇ, ਪੰਜਾਬ ਤਰੱਕੀ ਕਰੇ, ਪੰਜਾਬ ਵਿਕਾਸ ਦੇ ਰਸਤੇ ਤੇ ਜਾਵੇ। ਅਰਸ਼ਾਦ ਗਰੇਵਾਲ ਸਾਹਿਬ, ਮੈਂ ਮਾਫੀ ਦੇ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਪਾਰਟੀ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਵਸਨੀਕ ਹੋ। ਬਈ ਉਹੀ ਤਾਂ ਗੱਲ ਆ, ਤਦੀ ਤਾਂ ਗੱਲ ਕਰ ਰਹੇ ਹਾਂ, ਸਾਡੀ ਸੋਚ ਆ ਇਹ, ਤਾਂ ਹੀ ਤਾਂ ਬੋਲ ਰਹੇ ਹਾਂ ਅਸੀਂ। ਤੇ ਇਸ ਲਈ ਡੱਲੇਵਾਲ ਸਾਹਿਬ ਨੂੰ ਇਹ ਪੂਰਾ ਵਿਸ਼ਵਾਸ ਛਕਣਾ ਚਾਹੀਦਾ ਕਿ ਐਸੀ ਕੋਈ ਗੱਲ ਨਹੀਂ ਹੈ। ਔਰ ਦੂਸਰੀ ਗੱਲ ਜਿਹੜੀ ਆ, ਇਹ ਅੱਜ ਇਹਨਾਂ ਨੂੰ ਦੋ ਚਾਰ ਮੰਗਾਂ ਅੱਜ ਮੰਨੀਆਂ ਜਾਣਗੀਆਂ, ਦੋ ਚਾਰ ਦਸ ਦਿਨ ਬਾਅਦ ਮੰਨੀਆਂ ਜਾਣਗੀਆਂ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰ ਲੈਣਾ ਚਾਹੀਦਾ। ਦੇਖੋ, ਆਹ ਹੁਣ ਮੈਂ ਡੱਲੇਵਾਲ ਸਾਹਿਬ ਦੇ ਧਿਆਨ 'ਚ ਲਿਆਉਣਾ, ਇਹਨਾਂ ਦੇ ਵੈਸੇ ਧਿਆਨ 'ਚ ਹੀ ਹੈ, 3,000 ਰੁਪਇਆ ਮਹੀਨੇ ਦਾ ਜਿਹੜੇ 7 ਸਾਲ ਤੋਂ ਉੱਪਰ ਕਿਸਾਨ ਹੋਏਗਾ, ਯੂਪੀ ਗੌਰਮੈਂਟ ਨੇ ਕਿਹਾ ਹੈਗਾ, CM ਨੇ। ਤੇ ਇਸੇ ਤਰ੍ਹਾਂ ਪੰਜਾਬ ਗੌਰਮੈਂਟ ਨੂੰ ਵੀ ਇਹ ਕਹਿਣਾ ਚਾਹੀਦਾ, ਤਾਂ ਕਿ ਕੇਂਦਰ ਵੀ ਉਹਦੇ 'ਚ ਹਿੱਸਾ ਪਾਵੇ, ਪੰਜਾਬ ਸਟੇਟ ਵੀ ਪਾਵੇ, ਤੇ ਉਹ ਹੋਣਾ ਚਾਹੀਦਾ। ਫਿਰ ਹੌਲੀ ਹੌਲੀ ਉਹ ਵੱਧ ਵੀ ਜਾਏਗਾ, ਠੀਕ ਹੈ ਨਾ। ਹਾਲਾਂਕਿ 3,000 ਕੁਛ ਵੀ ਨਹੀਂ ਹੈ ਕਿਸਾਨ ਲਈ, ਉਹ ਸਾਰੀ ਉਮਰ ਦੇਸ਼ ਦੀ ਸੇਵਾ ਕਰਦਾ। ਨਹੀਂ, ਦੇਖੋ ਹੁਣ ਤੁਸੀਂ ਗੱਲ ਕੀਤੀ ਹੈ ਦੂਏ ਸੂਬੇ ਦੀ ਸਰਕਾਰ ਦੀ, ਪੰਜਾਬ ਸਰਕਾਰ ਨੇ ਗੱਲਬਾਤ ਕਹੀ ਸੀ ਜਿਹੜੇ ਪਰਾਲੀ ਨੂੰ ਸਾੜਨ ਦੇ ਲਈ ਜਿਹੜਾ ਮੁਆਵਜ਼ਾ ਹੈ
ਉਹ ਪਰਾਲੀ ਨਾ ਸਾੜੀ ਜਾਵੇ, ਇਸ ਨੂੰ ਲੈ ਕੇ ਪਹਿਲਾਂ ਹੀ ਜਿਹੜਾ ਪਰ ਕਿਲੇ ਮਗਰ ਮੁਆਵਜ਼ਾ ਦੇਵੇ, ਸੈਂਟਰ ਵੀ ਉਹਦੇ ਵਿੱਚ ਇੰਟਰਵੀਨ ਕਰਕੇ ਥੋੜ੍ਹਾ ਜਿਹਾ ਹਿੱਸਾ ਦੇਵੇ ਅਤੇ ਪੰਜਾਬ ਵੀ ਦੇਵੇਗਾ। ਲੇਕਿਨ ਉਸ ਮੌਕੇ 'ਤੇ ਸੈਂਟਰ ਨੇ ਕੋਈ ਜਿਹੜੀ ਹਾਮੀ ਨਹੀਂ ਭਰੀ। ਭਾਈ ਸਾਹਿਬ ਉਸ ਰੌਲੇ 'ਚ ਮੈਂ ਹੁਣ ਇਸ ਵੇਲੇ ਪੈਣਾ ਨਹੀਂ ਚਾਹੁੰਦਾ, ਜਦੋਂ ਤੁਹਾਨੂੰ ਪੂਰੀ ਗੱਲ ਟੀ ਵੀ 'ਤੇ ਅਸੀਂ ਦੱਸਾਂਗੇ ਤੁਹਾਡੇ ਸਮਝ ਪੈ ਜਾਏਗੀ। ਉਹ ਇਹ ਆਪਣੀਆਂ ਜਿਹੜੀਆਂ ਜਿਹੜਾ ਵੀ ਕੋਈ ਐਗਰੀਮੈਂਟਸ ਹੁੰਦੇ ਆ ਸਟੇਟ ਔਰ ਸੈਂਟਰ ਦੇ, ਅਤੇ ਇਸ ਤਰ੍ਹਾਂ ਕਰਕੇ ਇਹ ਪੈਸਾ ਲੱਗਣਾ, ਨਾ ਤਾਂ ਸੈਂਟਰ ਦੇ ਕਿਸੇ ਮਿਨਿਸਟਰ ਦਾ ਹੁੰਦਾ, ਨਾ ਹੀ ਕੋਈ ਸਟੇਟ ਵਾਲੇ ਚੀਫ ਮਿਨਿਸਟਰ ਦਾ ਹੁੰਦਾ, ਪੈਸਾ ਲੋਕਾਂ ਦੇ ਟੈਕਸ ਦਾ ਹੁੰਦਾ। ਠੀਕ ਹੈ ਨਾ ਗੱਲ? ਤਾਂ ਇਸ ਲਈ ਉਹ ਜਦੋਂ ਠੀਕ ਪੂਰੀਆਂ ਨਹੀਂ ਹੁੰਦੀਆਂ ਕੰਡੀਸ਼ਨ ਜਿਹੜੀਆਂ ਨਹੀਂ ਕਰਦੇ, ਫਿਰ ਇਹ ਰੁਕਦੇ ਆ। ਉਹ ਗੱਲ ਅਲੱਗ ਆ, ਅਸੀਂ ਉਸ 'ਚ ਨਾ ਇਸ ਵੇਲੇ ਪਈਏ। ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਇਹ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਅਗਰਵਾਲ ਸਾਹਿਬ ਜੁੜੇ ਹੋਏ ਨੇ, ਕਹਿ ਸਕਦੇ ਹੋ ਤੁਸੀਂ? ਡੱਲੇਵਾਲ ਸਾਹਿਬ ਅਗਰ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਅਗਰਵਾਲ ਸਾਹਿਬ ਜੁੜੇ ਹੋਏ ਨੇ, ਤੁਸੀਂ ਰੱਖ ਸਕਦੇ ਹੋ ਆਪਣੀ ਗੱਲ ਮੀਟਿੰਗ ਤੋਂ ਪਹਿਲਾਂ ਅੱਜ ਦੀ। ਹਾਂ ਦੇਖੋ, ਗਰੇਵਾਲ ਜੀ ਨੂੰ ਮੈਂ ਬੇਨਤੀ ਕਰਾਂ, ਬੜੀ ਵਧੀਆ ਗੱਲ ਹੈ। ਮੇਰੀ ਆਵਾਜ਼ ਆ ਰਹੀ ਹੈ ਨਾ ਜੀ? ਹੈਲੋ। ਹਾਂਜੀ ਹਾਂਜੀ ਹਾਂਜੀ, ਡੱਲੇਵਾਲ ਸਾਹਿਬ ਬੋਲ ਸਕਦੇ ਹੋ। ਹਾਂ ਹਾਂ, ਦੇਖੋ ਮੈਂ ਬੇਨਤੀ ਕਰਦਾ, ਸਰਕਾਰ ਸਾਡਾ ਨਹੀਂ ਜੀ ਕਰਦਾ ਇਹ ਗੱਲ ਕਹਿਣ ਨੂੰ। ਦੇਖੋ ਇੱਕ ਪਾਸੇ ਤਾਂ ਅਸੀਂ ਗੱਲਬਾਤ ਦਾ ਮਾਹੌਲ ਸ਼ੁਰੂ ਕੀਤਾ ਹੋਇਆ, ਇਹ ਗੱਲਬਾਤ ਸ਼ੁਰੂ ਕਰਦੇ ਹਾਂ ਅਸੀਂ। ਦੂਜੇ ਪਾਸੇ ਕਿੱਡੀ ਵੱਡੀ ਗੱਲ ਹੈ, ਐਡੀ ਵੱਡੀ ਪੱਧਰ ਉੱਤੇ ਬੈਰੀਕੇਡਿੰਗ, ਮੈਂ ਕਹਿੰਦਾ ਬੈਰੀਕੇਡਿੰਗ ਵੀ ਕਰ ਲੈਣਾ, ਪਰ ਸਾਡੀਆਂ ਟਰੈਕਟਰ ਟਰਾਲੀਆਂ ਚੱਲਣੀਆਂ ਸੀ ਮੱਧ ਪ੍ਰਦੇਸ਼ ਤੋਂ, ਰੋਕ ਲਈਆਂ ਗਈਆਂ, ਲੋਕਾਂ ਨੂੰ ਤੁਰਨ ਨਹੀਂ ਦਿੱਤਾ ਜਾ ਰਿਹਾ। ਸਾਡੇ ਕਰਨਾਟਕਾ ਤੋਂ ਆਏ ਲੋਕ, ਸਾਡੀਆਂ ਬੀਬੀਆਂ ਆਈਆਂ, ਉਹਨਾਂ ਨੂੰ ਰੋਕ ਲਿਆ ਗਿਆ ਹੈ, ਆਪਣਾ ਭਾਗ ਉਤਾਰ ਲਈਆਂ ਗਈਆਂ ਟ੍ਰੇਨ ਚੋਂ। ਤੋ ਇਹ ਇਹ ਗੱਲਾਂ, ਮਤਲਬ ਇਹ ਸਾਜਗਰ ਮਾਹੌਲ ਨਹੀਂ ਬਣ ਦਿੰਦੀਆਂ ਗੱਲਬਾਤ ਲਈ। ਇੱਕ ਤਾਂ ਉੱਪਰ ਇਹ ਗੱਲ ਕਰੋ ਕਿ ਗੱਲਬਾਤ ਜੇਕਰ ਕਰਨੀ ਹੈ ਤਾਂ ਫਿਰ ਹਾਲਾਤ ਤਾਂ ਘੱਟੋ ਘੱਟ ਸੁਖਾਵਾਂ ਬਣਾਈਏ ਨਾ। ਹੁਣ ਇੱਥੇ ਮੈਂ ਇਕੱਲੇ ਨੇ ਤਾਂ ਬਹਿ ਕੇ ਗੱਲਬਾਤ ਕਰਨੀ ਨਹੀਂ, ਗੱਲਬਾਤ ਦੇ ਵਿੱਚ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਬੈਠਣਾ ਹੈ। ਤਾਂ ਫਿਰ ਜਦੋਂ ਸਾਡੀ ਮੀਟਿੰਗ ਦੇ ਵਿੱਚ ਪਹਿਲਾਂ ਹੀ ਇਹ ਹੋ ਗਿਆ ਵੀ ਜੇਕਰ ਸਰਕਾਰ ਅਗਰੈਸਿਵ ਇਸ ਤਰ੍ਹਾਂ ਦੇ ਮਤਲਬ ਐਕਸ਼ਨ ਕਰ ਰਹੀ ਹੈ ਤਾਂ ਫਿਰ ਸਾਨੂੰ ਮਤਲਬ ਬੈਠਣ ਦੀ ਕੀ ਟੋਕ ਬਣਦੀ ਹੈ ਮੀਟਿੰਗ ਦੀ। ਸੋ ਇਹ ਹਾਲਾਤਾਂ ਨੂੰ ਅਸੀਂ ਨਹੀਂ ਵਿਗਾੜਨਾ ਚਾਹੁੰਦੇ, ਸਰਕਾਰ ਖੁਦ ਇਹਦੇ 'ਤੇ ਕੰਟਰੋਲ ਕਰੇ ਆਪਦੇ ਆਪ 'ਤੇ, ਪਾਰਟੀ ਕੰਟਰੋਲ ਕਰੇ ਆਪਦੇ ਆਪ 'ਤੇ। ਦੂਜੀ ਗੱਲ ਇਹ ਆ ਕਿ ਦੇਖੋ, ਠੀਕ ਹੈ ਗਰੇਵਾਲ ਸਾਹਿਬ, ਇਸ ਤਰ੍ਹਾਂ ਡੱਲੇਵਾਲ ਜੀ ਨੂੰ ਮੈਂ ਇੱਕ ਪ੍ਰਾਰਥਨਾ ਕਰਦਾ, ਅੱਜ ਜਦੋਂ ਮੀਟਿੰਗ ਹੋਣੀ ਆ ਉਹਦੇ 'ਚ ਜੋ ਜੋ ਗੱਲ ਰੱਖਣਗੇ ਉਹਦੇ 'ਤੇ ਪੂਰੀ ਤਰ੍ਹਾਂ ਗੌਰ ਫਰਮਾਏਗੀ ਸਰਕਾਰ, ਔਰ ਇਹਨਾਂ ਦੀ ਸਾਰੀ ਗੱਲ ਨੂੰ ਅਸੀਂ ਵੀ ਖਤਮ ਕਰਨਾ ਚਾਹੁੰਦੇ ਹਾਂ। ਇਸ ਨੂੰ ਐਸੀ ਗੱਲ ਨਹੀਂ ਹੈ, ਅਸੀਂ ਕੋਈ ਆਪਸ 'ਚ ਟਕਰਾਓ ਨਹੀਂ ਵਧਾਉਣਾ ਚਾਹੁੰਦੇ, ਇਹ ਸਟੇਟ ਗਵਰਨਮੈਂਟ ਦੇ ਆਪਣੇ ਕੰਮ ਹੁੰਦੇ ਆ, ਲਾਅ ਐਂਡ ਆਰਡਰ ਉਹਨਾਂ ਦਾ ਉੱਥੋਂ ਦੀ ਹੁੰਦੀ ਆ, ਪਰ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਕਿਸਾਨਾਂ ਨੂੰ ਇਹ ਜ਼ਰੂਰਤ ਹੀ ਨਾ ਪਵੇ ਉੱਥੇ ਤੱਕ ਜਾਣ ਦੀ, ਇਸ ਤਰ੍ਹਾਂ ਦਾ ਕੰਮ ਕਰਨ ਦੀ, ਅਤੇ ਉਹਨਾਂ ਨੂੰ ਨਾ ਰੋਕਣ ਦੀ ਸਰਕਾਰ ਨੂੰ ਜ਼ਰੂਰਤ ਪਵੇ, ਇਸ ਲਈ ਕੁਛ ਐਸਾ ਕਰਨ। ਡੱਲੇਵਾਲ ਸਾਹਿਬ ਦੀ ਬਹੁਤ ਬੜੀ ਜ਼ਿੰਮੇਵਾਰੀ ਹੈ ਇਸ ਵੇਲੇ, ਔਰ ਕਿਉਂਕਿ ਇਹੀ ਪ੍ਰਮੁੱਖ ਆਗੂ ਨੇ, ਔਰ ਅੱਜ ਜਿਹੜੀ ਉੱਥੇ ਗੱਲ ਕਰ ਲੈਣਗੇ, ਜਿਹੜੀ ਉਹ ਗੱਲ ਹੋ ਜੂਗੀ ਉਹ ਪੂਰੀ ਹੋਊਗੀ, ਇਹ ਮੈਂ ਇਹਨਾਂ ਨੂੰ ਵਿਸ਼ਵਾਸ ਦਵਾ ਦਿੰਦਾ। ਅੱਜ ਸਵੇਰ ਦੇ ਮਾਹੌਲ 'ਚ ਗੱਲ ਕਰਨ, ਡੱਲੇਵਾਲ ਸਾਹਿਬ ਜ਼ਰੂਰ ਆਖ ਰਹੇ ਨੇ। ਡੱਲੇਵਾਲ ਸਾਹਿਬ, ਤੁਹਾਨੂੰ ਲੱਗਦਾ ਭਰੋਸਾ ਅੱਜ ਦੀ ਜਿਹੜੀ ਮੀਟਿੰਗ ਹੈ ਸਾਰਥਕ ਤਰੀਕੇ ਨਾਲ ਹੋ ਕੇ ਤੁਹਾਨੂੰ ਲੋੜ ਨਹੀਂ ਪੈ ਸਕਦੀ ਭਲਕੇ ਜਿਹੜਾ ਰਵਾਨਾ ਹੋਣ ਦੀ? ਦੇਖੋ ਗੱਲ ਇਹ ਹੈ, ਮੈਂ ਫਿਰ ਇੱਕ ਬੇਨਤੀ ਕਰਨਾ, ਸਾਡੀ ਕੋਈ ਮਨਸ਼ਾ ਤਾਂ ਹੈ ਨਹੀਂ ਕਿ ਅਸੀਂ ਜ਼ਰੂਰ ਕੋਈ ਮਤਲਬ ਜਾਣਾ ਉੱਥੇ। ਹਾਂ ਇਹ ਜ਼ਰੂਰ ਆ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ
ਮਤਲਬ ਹੱਲ ਕਰਨ ਵਾਲੇ ਪਾਸੇ ਨੂੰ ਕੋਈ ਗੱਲ ਨਹੀਂ ਮੰਨਦੀ, ਓਨੀ ਦੇਰ ਤੱਕ ਤਾਂ ਬੜੀ ਮਤਲਬ ਔਖਾ ਜੇ ਅਸੀਂ ਕਹੀਏ ਵੀ ਹਾਂ ਅਸੀਂ, ਕਿਉਂਕਿ ਸਾਡੇ ਕੋਲ ਟਾਈਮ, ਅਗਰ ਸਰਕਾਰ ਕੋਲ 6 ਮਹੀਨੇ ਸਾਲ ਟਾਈਮ ਹੁੰਦਾ ਨਾ, ਫਿਰ ਅਸੀਂ ਇਹ ਵੀ ਕਹਿ ਦਿੰਦੇ ਵੀ ਕੋਈ ਗੱਲ ਨੀ, ਹੋਰ ਦੇ ਦਿਓ 10 ਦਿਨ 20 ਦਿਨ ਮਹੀਨਾ। ਹੁਣ ਤਾਂ ਅਸੀਂ ਬਿਲਕੁਲ ਪੀਕ ਤੇ ਅਖੀਰਲੇ ਦਿਨਾਂ ਚ, ਤੇ ਹੁਣ ਤਾਂ ਸਰਕਾਰ ਨੂੰ ਕਰਨੇ ਚਾਹੀਦੇ ਨੇ, ਭਾਵੇਂ ਕੁਛ ਵੀ ਹੋਵੇ, ਕਿੱਡੇ ਔਖੇ ਹੋ ਕੇ ਕਰੇ ਸਰਕਾਰ। ਅੱਛਾ ਅੱਛਾ ਡੱਲੇਵਾਲ ਸਾਹਿਬ, ਅਗਰ ਅੱਜ ਦੀ ਜਿਹੜੀ ਮੀਟਿੰਗ ਹੈ ਉਸ ਦੇ ਵਿੱਚ ਪਹਿਲਾਂ ਦੀ ਮੀਟਿੰਗਾਂ ਵਾਂਗੂ ਗੱਲਬਾਤ ਹੋਈ ਕਿ ਸਾਨੂੰ ਥੋੜ੍ਹਾ ਸਮਾਂ ਦਿਓ ਸੋਚਣ ਦਾ, ਕੇਂਦਰ ਦੀ ਹਕੂਮਤ ਕੇਂਦਰ ਦੇ ਵਜ਼ੀਰ ਇਹ ਗੱਲਬਾਤ ਸਾਂਝੀ ਕਰਦੇ ਨੇ ਤਾਂ ਕਿ ਭਲਕੇ ਜਿਹੜਾ ਇਹ ਤੁਸੀਂ ਕੂਚ ਕਰਨਾ ਉਸ ਨੂੰ ਲੈ ਕੇ ਕੋਈ ਡਿਸੀਜਨ ਲਿਆ ਜਾ ਸਕਦਾ, ਥੋੜ੍ਹੇ ਦਿਨ ਦਿੱਤੇ ਜਾ ਸਕਦੇ ਨੇ ਸੈਂਟਰ ਦੀ ਸਰਕਾਰ ਨੂੰ? ਦੇਖੋ ਇਹ ਦਿਨ ਦੇਣੇ ਮੇਰੇ ਹੱਥ 'ਚ ਨਹੀਂ ਹੈਗੇ, ਅਸੀਂ ਇੱਕ ਵੱਡਾ ਪਰਿਵਾਰ ਹੈ ਚੱਲੇ ਹੋਇਆ, ਉਹ ਕਿਧਰੇ ਆਪਣੇ ਅਸੀਂ ਇੱਕ ਵੱਡਾ ਪਰਿਵਾਰ ਹੈ ਜੀ, ਵੱਡੇ ਪਰਿਵਾਰ ਦੇ ਵਿੱਚ ਬੈਠ ਕੇ ਅਸੀਂ ਚਰਚਾ ਜ਼ਰੂਰ ਕਰਾਂਗੇ ਕਿ ਸਰਕਾਰ ਕੀ ਮੰਗ ਰਹੀ ਹੈ ਸਾਥੋਂ, ਸਰਕਾਰ ਸਾਥੋਂ ਟਾਈਮ ਮੰਗਦੀ ਹੈ ਤਾਂ ਅਸੀਂ ਉਹਨਾਂ ਨੂੰ ਟਾਈਮ ਦੇਈਏ ਜਾਂ ਨਾ ਦੇਈਏ, ਜਾਂ ਸਰਕਾਰ ਦਾ ਸਾਨੂੰ ਨੀਅਤ ਤੋਂ ਕੀ ਲੱਗਦਾ ਹੈ ਕਿ ਜੇ ਸਰਕਾਰ ਕੁਛ ਕਰਨਾ ਚਾਹੁੰਦੀ ਹੈ ਪੋਜ਼ਿਟਿਵ ਹੈ, ਸਰਕਾਰ ਨੇ ਇੰਨਾ ਸਾਨੂੰ ਕਰਤਾ, ਆਹ ਐਲਾਨ ਹੋ ਗਿਆ, ਆਹ ਦੇਊਗੀ, ਦੇ ਸਕਦੀ ਹੈ, ਇੰਨੇ ਦਿਨਾਂ 'ਚ ਦੇ ਸਕਦੀ ਹੈ, ਉਹਦੇ 'ਤੇ ਚਰਚਾਵਾਂ ਹੋ ਸਕਦੀਆਂ ਨੇ, ਉਹ 'ਚ ਕਿਹੜਾ ਹੈ, ਚਰਚਾ ਕਰਾਂਗੇ ਆਪਸ ਵਿੱਚ ਬੈਠ ਕੇ, ਜੇਕਰ ਚਰਚਾ ਦੇ ਵਿੱਚੋਂ ਸਾਰਿਆਂ ਨੂੰ ਲੱਗੂਗਾ ਵੀ ਇਹ ਠੀਕ ਹੈ ਤਾਂ ਫਿਰ ਉਹਦੇ ਤੇ ਵਿਚਾਰ ਹੋ ਸਕਦੀ ਹੈ। ਠੀਕ ਹੈ ਗਰੇਵਾਲ ਸਾਹਿਬ, ਸੋ ਦੇਖਣਾ ਹੈਗਾ ਕਿ ਕੀ ਕੁਝ ਜਿਹੜੀ ਸਾਰਥਕ ਤਰੀਕੇ ਨਾਲ ਮੀਟਿੰਗ ਹੁੰਦੀ ਹੈ ਜਾਂ ਫਿਰ ਕੀ ਕੁਝ ਸਿੱਟਾ ਨਿਕਲਦਾ। ਸੋ ਸ਼ੁਕਰੀਆ ਗਰੇਵਾਲ ਸਾਹਿਬ ਤੁਹਾਡਾ ਵੀ, ਤੇ ਡੱਲੇਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਦੇਖਣਾ ਹੋਏਗਾ ਕਿ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਅਹਿਮ ਰਹਿੰਦਾ, ਕਿਉਂਕਿ ਫਿਲਹਾਲ ਦੀ ਘੜੀ ਜਿਹੜੀ ਹੈ ਜੀ ਮੀਡੀਆ ਦੇ ਮਾਧਿਅਮ ਦੇ ਰਾਹੀਂ ਅਸੀਂ ਜਿਹੜਾ ਇਹ ਵਿੱਚ ਪੈ ਕੇ ਜਿਹੜਾ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਕਿ ਇੱਕ ਮਾਧਿਅਮ ਦੀ ਲੋੜ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਜਿਹੜੇ ਦੋਨੇ ਤਰ੍ਹਾਂ ਬੈਠ ਕੇ ਗੱਲਬਾਤ ਜ਼ਰੂਰ ਸਾਂਝੀ ਕਰਦੀਆਂ ਨੇ। ਤਾਂ ਡੱਲੇਵਾਲ ਸਾਹਿਬ ਨੇ ਹਰਜੀਤ ਸਿੰਘ ਗਰੇਵਾਲ ਦੇ ਜ਼ਰੀਏ ਜੀ ਮੀਡੀਆ ਦੇ ਮਾਧਿਅਮ ਦੇ ਰਾਹੀਂ ਗੱਲਬਾਤ ਜ਼ਰੂਰ ਰੱਖੀ ਹੈ ਕਿ ਪਹਿਲਾਂ ਹੀ ਜਿਹੜੀ ਹੈ ਸਾਡੀਆਂ ਇਹ ਮੰਗਾਂ ਜਿਹੜੀਆਂ ਕਮਿਟਮੈਂਟਸ ਨੇ ਉਹਨਾਂ ਨੂੰ ਲੈ ਕੇ ਪਹਿਲਾਂ ਹੀ ਪ੍ਰਪੇਅਰ ਹੋ ਕੇ ਆਇਆ ਜਾਵੇ, ਭਾਵੇਂ ਕਿ ਜੇਕਰ ਅੱਜ ਕੇਂਦਰ ਦੀ ਹਕੂਮਤ ਜਿਹੜੀਆਂ ਸਾਰੇ ਕਮਿਟਮੈਂਟਸ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਡੱਲੇਵਾਲ ਸਾਹਿਬ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਲੈ ਕੇ ਸਮਾਂ ਅਗਰ ਮੰਗਿਆ ਜਾਂਦਾ ਤਾਂ ਫਿਰ ਉਹ 'ਤੇ ਹੁਣ ਚਰਚਾ ਵੀ ਕੀਤੀ ਜਾਏਗੀ, ਕਿਸਾਨ ਜਥੇਬੰਦੀਆਂ ਆਪਸੀ ਇਕੱਠੀਆਂ ਬੈਠਣਗੀਆਂ, ਉਹ 'ਤੇ ਗੱਲਬਾਤ ਹੋਏਗੀ, ਉਸ ਤੋਂ ਬਾਅਦ ਕੋਈ ਡਿਸੀਜ਼ਨ ਹੋਏਗਾ। ਲੇਕਿਨ ਫਿਲਹਾਲ ਦੀ ਘੜੀ ਸ਼ਾਮ ਦੇ 5 ਵਜੇ ਤੋਂ ਪਹਿਲਾਂ ਭਲਕੇ ਦਿੱਲੀ ਕੂਚ ਦਾ ਜਿਹੜਾ ਇਹ ਫੈਸਲਾ ਉਸ 'ਤੇ ਵਜਿੱਦ ਨੇ ਕਿਸਾਨ ਕਿ ਅਸੀਂ ਜਾਵਾਂਗੇ ਜਾਵਾਂਗੇ। ਅਤੇ ਦੂਸਰੇ ਪਾਸੇ ਡੱਲੇਵਾਲ ਸਾਹਿਬ ਨੇ ਇਹ ਵੀ ਗੱਲ ਕਲੀਅਰ ਕੀਤੀ ਹੈ ਕਿ ਹਰਿਆਣਾ ਦੇ ਵਿੱਚ ਖਾਸ ਪੰਚਾਇਤਾਂ ਦੇ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ, ਤਕਰੀਬਨ 10 ਦਾ ਉਹਨਾਂ ਨੇ ਜ਼ਿਕਰ ਕੀਤਾ, ਭਾਵੇਂ ਕਿ ਪੂਰੇ ਮੁਲਕ ਭਰ ਦੇ ਵਿੱਚ 200 ਜਥੇਬੰਦੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਜ਼ੀ ਮੀਡੀਆ ਦੇ ਮਾਧਿਅਮ ਦੇ ਰਾਹੀਂ ਕਿ 200 ਜਥੇਬੰਦੀਆਂ ਨੇ ਜਿਹੜੀਆਂ ਉਹ ਦਿੱਲੀ ਕੂਚ ਕਰਨ ਜਾ ਰਹੀਆਂ ਨੇ, ਲੇਕਿਨ ਕਈਆਂ ਨੂੰ ਡਿਟੇਨ ਕਰ ਲਿਆ ਜਾ ਰਿਹਾ। ਅਜਿਹਾ ਗਲਤ ਹੈ, ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਹ ਠੀਕ ਹੋਣੀ ਚਾਹੀਦੀ ਹੈ। ਅਗਰ ਸਰਕਾਰ ਦੀ ਮਨਸ਼ਾ ਠੀਕ ਹੋਏਗੀ ਉਸ ਤੋਂ ਬਾਅਦ ਹੀ ਜਿਹੜੀ ਹੈ ਕੋਈ ਸਾਰਥਕ ਤਰੀਕੇ ਦੇ ਨਾਲ ਗੱਲ ਕਿਸੇ ਤਣ ਪਤਨ ਲੱਗੇਗੀ, ਉਸ ਤੋਂ ਬਿਨਾਂ ਨਹੀਂ ਲੱਗਣੀ। ਲੇਕਿਨ ਹੁਣ ਦੂਸਰੇ ਪਾਸੇ ਬੈਰੀਗੇਡ ਦੀ ਤਸਵੀਰ ਜੇਕਰ ਆਪਾਂ ਦੇਖੀਏ ਤਾਂ ਕੀ ਲੋੜ ਪੈ ਗਈ ਕਿ ਇੰਨੇ ਤਕੜੇ ਤਰੀਕੇ ਦੇ ਨਾਲ ਬੈਰੀਗੇਡ ਕਰਨ ਦੀ ਲੋੜ ਪਈ ਹੈ? ਸਖਤੀ ਦੀ ਗੱਲ ਜ਼ਰੂਰ ਆਖ ਰਿਹਾ ਸੁਰੱਖਿਆ ਦੇ ਲਿਹਾਜ਼ ਦੇ ਨਾਲ ਹਰਿਆਣਾ ਪ੍ਰਸ਼ਾਸਨ, ਲੇਕਿਨ ਇੱਕ ਨੋਰਮਲ ਤਰੀਕੇ ਦੇ ਨਾਲ ਵੀ ਜਿਹੜਾ ਹੈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਸਕਦੇ ਸਨ, ਤਾਂ ਇਹ ਜਿਹੜੇ ਬੈਰੀਗੇਡ ਕੀਤੇ ਗਏ ਨੇ, ਭਾਵੇਂ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਹੁਣ ਦਿੱਲੀ ਵੱਲ ਜਾਣ ਦੇ ਲਈ ਤਿਆਰ ਬਰ ਤਿਆਰ ਨੇ, ਟਰਾਲੀਆਂ ਟਰੈਕਟਰ ਨਿਕਲ ਚੁੱਕੇ ਨੇ ਆਪਣੇ ਆਪਣੇ ਪਿੰਡੋਂ, ਲੇਕਿਨ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਕਹਿ ਲਈਏ ਕਿ ਇਲੈਕਸ਼ਨ ਦੇ ਲਈ ਵੀ, ਕਿਉਂਕਿ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਜੇਕਰ ਗੱਲ ਕਿਸੇ ਕੰਡੇ ਵੱਟੇ ਲੱਗਦੀ ਹੈ ਤਾਂ ਬਹੁਤ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ,